ਵਾਦਿਆਂ ਤੂੰ ਮੁੱਕਰੀ ਇਰਾਦਿਆਂ ਤੂੰ ਮੁੱਕਰੀ ਤੇਰੀ ਕੱਲੀ ਕੱਲੀ ਗੱਲ ਦਾ ਜਵਾਬ ਚਾਹੀਦਾ ਮਿਲ ਗਿਆ ਜਵਾਬ ਕੈਪਟਨ ਸਰਕਾਰ ਕਹਿ ਰਹੀ ਹੈ ਕਿ ਹੁਣ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਕਿ ਚੋਣਾ ਤੋਂ ਪਹਿਲਾਂ 스마트ਫੋਨ ਵੰਡੇ ਜਾਣਗੇ ਉਹ ਹੁਣ ਪਹਿਲੇ ਫੇਜ਼ ਵਿੱਚ ਨੌਜਵਾਨਾਂ ਨੂੰ 스마트ਫੋਨ ਵੰਡਣ ਜਾ ਰਹੀ ਹੈ ਤਾਂ ਇਸ ਦਾ ਮਤਲਬ ਹੈ ਕਿ ਹੁਣ ਸਾਰਿਆਂ ਨੂੰ 스마트ਫੋਨ ਮਿਲਣਗੇ ਸਾਰੇ ਨੂੰ ਨਹੀਂ ਮਿਲਣਗੇ ਕਿਸ-ਕਿਸ ਨੂੰ ਮਿਲਣਗੇ ਮੈਂ ਤੁਹਾਨੂੰ ਦੱਸ ਦਿਆਂ ਸਰਕਾਰੀ ਸਕੂਲਾਂ ਕਾਲਜਾਂ ਅਤੇ ਤਕਨੀਕੀ ਸੰਸਥਾਵਾਂ ਤੇ ਗ੍ਰੈਜੂਏਟ ਹੋ ਰਹੇ ਵਿਦਿਆਰਥੀਆਂ ਨੂੰ smartphones ਦਿੱਤੇ ਜਾਣਗੇ ਪਰ ਪਹਿਲਾਂ ਤਾਂ ਜੋ ਵਾਅਦਾ ਹੋਇਆ ਸੀ ਕਿ 18 ਸਾਲ ਤੋਂ ਲੈ ਕੇ 35 ਸਾਲ ਤੱਕ ਦੇ ਜੋ ਨੌਜਵਾਨ ਨੇ ਉਹਨਾਂ ਨੂੰ smartphones ਦਿੱਤੇ ਜਾਣਗੇ ਹੂੰ ਵਾਅਦਾ ਚੇਂਜ ਦੂਜੀ ਗੱਲ ਇਹ ਕਿ ਵਿਦਿਆਰਥੀਆਂ ਨੂੰ self certified ਸਬੂਤ ਦੇਣਾ ਪਏਗਾ ਕਿ ਉਹਨਾਂ ਕੋਲ smartphones ਪਹਿਲਾਂ ਤੋਂ ਨਹੀਂ ਹਨ ਪਰ ਇਸ ਤੋਂ ਪਹਿਲਾਂ ਜਦੋਂ ਚੋਣ ਵਾਦਾ ਕੀਤਾ ਗਿਆ ਸੀ ਉਦੋਂ ਬਕਾਇਦਾ ਇੱਕ ਪੂਰੀ ਪ੍ਰਕਿਰਿਆ ਸੀ ਫਾਰਮ ਭਰਨ ਦੀ ਤੇ ਜਦੋਂ ਹੀ ਫਾਰਮ ਭਰਿਆ ਗਿਆ ਸੀ ਆਨਲਾਈਨ ਤਰੀਕੇ ਦੇ ਨਾਲ ਤਾਂ ਇੱਕ ਰਸੀਦ ਜ਼ਰੂਰ ਆਈ ਸੀ ਤੇ ਉਸ ਰਸੀਦ ਨੂੰ ਹੀ ਜੋ ਹੈ ਸਬਮਿਟ ਕਰਕੇ ਤੁਸੀਂ smartphones ਲੈ ਸਕਦੇ ਹੋ ਇਹ ਕਿਹਾ ਗਿਆ ਸੀ ਮਤਲਬ ਪਹਿਲਾਂ ਇਦਾਂ ਦੀ ਕੋਈ ਸ਼ਰਤ ਨਹੀਂ ਸੀ ਕਿ ਤੁਹਾਡੇ ਕੋਲ smartphone ਹੈ ਜਾਂ ਨਹੀਂ ਹੈ ਨਹੀਂ ਬਿਲਕੁਲ ਵੀ ਨਹੀਂ ਤੁਸੀਂ ਸਿਰਫ ਇੱਕ ਜੋ ਹੈ ਰਸੀਦ ਲੈ ਕੇ ਜਾ ਰਹੀ ਹੈ ਤੇ ਤੁਹਾਨੂੰ ਉਹ ਸਮਾਰਟਫੋਨ ਮਿਲ ਜਾਏਗਾ ਤੇ ਇਸ ਦੇ ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜਾ 12GB ਡਾਟਾ ਤੇ 600 ਲੋਕਲ ਮਿੰਟਸ ਟਾਕ ਟਾਈਮ ਮਿਲਣਗੇ ਜਿਸ ਦੀ ਵੈਲਿਡਿਟੀ ਪੂਰੇ 1 ਸਾਲ ਤੱਕ ਦੀ ਹੋਵੇਗੀ ਹਮ ਪਰ ਇਸ ਦੇ ਨਾਲ ਜਿਹੜਾ ਹੀ ਜੋ ਹੈ ਵਾਦਾ ਕੀਤਾ ਗਿਆ ਸੀ ਕਿ 3G ਡਾਟਾ ਜੋ ਹੈ ਉਹ ਤੁਹਾਨੂੰ ਫ੍ਰੀ ਮਿਲੇਗਾ ਤੇ ਵੈਲਿਡਿਟੀ ਦਾ ਕੋਈ ਸਮਾਂ ਨਹੀਂ ਸੀ ਤੇ ਇਸ ਦੇ ਨਾਲ ਹੀ ਇਹ ਕਿਹਾ ਗਿਆ ਸੀ ਕਿ ਜੋ ਡਿਜੀਟਲ ਪਲੇਟਫਾਰਮ ਨੇ ਉਸਤੇ ਨੌਜਵਾਨ ਕਨੈਕਟ ਹੋ ਸਕਣ ਇਹ ਜੋ ਹੈ ਸਰਕਾਰ ਦਾ ਮਕਸਦ ਹੈ ਸੋ ਮੈਨੂੰ ਹੁਣ ਸਮਝ ਨਹੀਂ ਆ ਰਿਹਾ ਕਿ ਇਹ ਵਾਦੇ ਅਦੂਰੇ ਨੇ ਜਾਂ ਪੂਰੇ ਨੇ ਇਹ ਖੈਰ ਸਾਡੇ ਜਿਹੜੇ ਨੌਜਵਾਨ ਜਿਹੜੇ ਦਰਸ਼ਕ ਉਡੀਕ ਕਰ ਰਹੇ ਸੀ smartphone ਦੀ ਉਹ ਦੱਸਣਗੇ ਪਰ ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਪ੍ਰੋਸੀਜਰ ਕਿਵੇਂ ਹੋਵੇਗਾ ਜਿਹੜਾ ਵੈਂਡਰ ਦੀ ਚੋਣ ਹੋਵੇ ਕਿ ਉਹ ਪਾਰਦਰਸ਼ੀ ਤਰੀਕੇ ਨਾਲ ਬੋਲੀ ਲਾਗੇ ਕਿਤੀ ਜਾਵੇਗੀ ਤੇ ਇਸ ਲਈ ਜਿਹੜਾ ਟੈਂਡਰ ਡਾਕੂਮੈਂਟ ਹੈ ਉਹ ਆਲਰੇਡੀ ਜਾਰੀ ਹੋ ਚੁੱਕਿਆ ਹੈ ਜਦੋਂ ਇਹ ਭਰੇ ਗਏ ਸੀ ਫਾਰਮ ਤੇ ਉਦੋਂ ਇੱਕ ਡਾਟਾ ਵੀ ਜਾਰੀ ਹੋਇਆ ਸੀ ਕਿ 20 ਲੱਖ ਨੌਜਵਾਨ ਨੇ ਜਿਨ੍ਹਾਂ ਨੇ ਫਾਰਮ ਭਰੇ ਨੇ ਤੇ ਇਹ ਵੀ ਕਹਿਆ ਗਿਆ ਸੀ ਕਿ 50 ਲੱਖ ਨੌਜਵਾਨਾਂ ਨੂੰ ਜੋ ਐ ਸਮਾਰਟਫੋਨ ਦਿੱਤੇ ਜਾਣਗੇ ਤੇ ਉਹ ਵੀ 100 ਦਿਨਾਂ ਦੇ ਅੰਦਰ ਹੀ ਅੰਦਰ ਹੀ ਪਰ ਹੁਣ ਜਿਹੜੇ ਸਮਾਰਟਫੋਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ ਉਹ ਮਾਰਚ ਤੋਂ ਸ਼ੁਰੂ ਹੋਵੇਗੀ ਹੂੰ ਤਾਂ ਯਾਨੀ ਕਿ ਹੁਣ ਮਾਰਚ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਸਮਾਰਟਫੋਨ ਜੋ ਹੈ ਇਹ ਨੌਜਵਾਨਾਂ ਨੂੰ ਮਿਲ ਸਕਦੇ ਨੇ ਪਰ ਇਹ ਫਰਸਟ ਫੇਜ਼ ਹੈ ਅਗਲਾ ਫੇਜ਼ ਕਦੋਂ ਆਏਗਾ ਇਹ ਹਜੇ ਫਿਲਹਾਲ ਨਹੀਂ ਕਹਿ ਸਕਦੇ ਜੋ ਵੀ ਅਪਡੇਟ ਆਏਗੀ ਅਸੀਂ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਸਾਡਾ ਇਹ ਅੱਜ ਦਾ ਵੀਡੀਓ ਕਿੱਦਾਂ ਦਾ ਲੱਗਿਆ ਇਹ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਕੇ ਦੱਸੋ ਬਿਲਕੁਲ ਭਾਵੇਂ ਆ ਤੁਸੀਂ ਆਪਣੇ smartphones ਤੁਹ ਕਮੈਂਟ ਕਰੋ ਪਾਵੇਂ ਨਾਰਮਲ ਫੋਨ ਤੇ ਕਮੈਂਟ ਕਰੋ ਪਰ ਸਾਨੂੰ ਦੱਸਿਓ ਜ਼ਰੂਰ ਤੇ ਵਧੀਆ ਲੱਗਿਆ ਤਾਂ ਸ਼ੇਅਰ ਜ਼ਰੂਰ ਕਰਿਓ ਅਸੀਂ ਟਵਿੱਟਰ ਇੰਸਟਾਗ੍ਰam ਫੇਸਬੁੱਕ ਤੇ YouTube ਤੇ ਮੌਜੂਦ ਹਾਂ ਸਾਨੂੰ ਜਾ ਕੇ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਕੁਝ ਪਸੰਦ ਆੰਦਾ ਤਾਂ ਕਮੈਂਟ ਜ਼ਰੂਰ ਕਰੋ ਇਸ ਤੋਂ ਇਲਾਵਾ ਸਾਡੀ ਵੈਬਸਾਈਟ www.bbc.com/punjabi ਤੇ ਦੇਸ਼ ਦੁਨੀਆ ਦੀਆਂ ਸਾਰੀਆਂ ਖਬਰਾਂ ਇੰਟਰਸਟਿੰਗ ਐਂਟਰਟੇਨਿੰਗ ਬਿਲਕੁਲ ਸੱਚ ਖਬਰਾਂ ਹੁੰਦੀਆਂ ਨੇ ਪਲੀਜ਼ ਜਾ ਕੇ ਅਦਰ ਕੰਟੈਂਟ ਪੜੋ ਤੇ ਸਾਨੂੰ ਦੱਸੋ ਤੁਹਾਨੂੰ ਕੀ ਹੋ ਜਾ ਲੱਗਿਆ